ਇਹ ਰਕਤੋ ਕੇ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਹੈ ਆ ਜਿਹੜੇ ਕਲੇ ਮਾਡਲਿੰਗ ਦੇਖ ਰਹੇ ਪੰਜਵੀਂ ਦੇ ਬੱਚਿਆਂ ਨੇ ਬਣਾਏ ਹੋਏ ਨੇ ਜਦੋਂ ਇਹ ਬਾਲ ਮੇਲਾ ਜਾਂ ਕੋਈ ਮੁਕਾਬਲਾ ਹੁੰਦਾ ਤਾਂ ਫਿਰ ਉੱਥੇ ਜਾ ਕੇ ਇਹਦੀ ਪ੍ਰਦਰਸ਼ਨੀ ਹੋਣੀ ਲੱਗਦੀ ਹੈ ਅਤੇ ਇੱਕ ਤਰ੍ਹਾਂ ਨਾਲ ਮੈਂ ਕਹਿ ਲਾਂ ਕਿ ਸਾਡਾ ਸੱਭਿਆਚਾਰ ਸਾਡਾ ਪੰਜਾਬ ਜਿਹੜਾ ਉਹ ਇਸ ਲਾਇਬ੍ਰੇਰੀ 'ਚ ਵੱਸਦਾ ਇਸ ਸਕੂਲ 'ਚ ਵੱਸਦਾ ਔਰ ਬੱਚੇ ਜਿਹੜੇ ਨੇ ਅੰਗਰੇਜ਼ੀ ਦੇ ਵਿੱਚੋਂ 20 ਦੇ ਵਿੱਚੋਂ 20 ਨੰਬਰ ਲੈ ਕੇ ਪਾਸ ਹੁੰਦੇ ਨੇ ਔਰ ਲਿਖਾਈ ਜਿਹੜੀ ਬੱਚਿਆਂ ਦੀ ਅਗਰ 30 ਬੱਚੇ ਨੇ ਤਾਂ 25 ਬੱਚਿਆਂ ਦੀ ਲਿਖਾਈ ਇੱਦਾਂ ਹੀ ਨਹੀਂ ਹੋਣੀ 30 ਬੱਚੇ ਨੇ ਜਿਹੜੇ ਜੇ ਤਾਂ 25 ਬੱਚਿਆਂ ਦੀ ਆਹ ਲਿਖਾਈ ਹੈ ਇਹ ਲੱਗਦਾ ਹੀ ਨਹੀਂ ਕਿ ਹੱਥ ਨਾਲ ਲਿਖਿਆ ਹੋਇਆ ਲੱਗਦਾ ਕਿਸੇ ਕੰਪਿਊਟਰ ਦੇ ਫੌਂਟ 'ਚੋਂ ਕੱਢਿਆ ਹੋਇਆ ਸੋ ਇਹ ਬਹੁਤ ਵੱਡੀਆਂ ਪ੍ਰਾਪਤੀਆਂ ਸਨ ਉਹਨਾਂ ਦੇ ਨਾਲ ਸਭ ਜੇ ਤੁਸੀਂ ਆਓਗੇ ਨਾ ਸਕੂਲ ਲੱਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਤੁਸੀਂ ਦੇਖ ਕੇ ਸਕੂਲ ਲੱਗੇ ਤਾਂ ਕਦੇ ਆਊਂਗਾ ਅੱਜ ਕਿਉਂਕਿ 8 ਵਜੇ ਹੁਣ ਛੁੱਟੀ ਹੋਣ ਵਾਲੀ ਹੈ ਕਿਉਂਕਿ ਇਹ ਪੜ੍ਹਾਈ ਦਾ ਟਾਈਮ ਨਹੀਂ ਹੈ ਹੋਰ ਐਕਟੀਵਿਟੀਜ਼ ਦਾ ਟਾਈਮ ਹੈ ਸੋ ਮੈਨੂੰ ਅੱਜ ਆ ਕੇ ਇੱਥੇ ਬਹੁਤ ਮਾਣ ਮਹਿਸੂਸ ਹੋਇਆ ਔਰ ਮੈਨੂੰ ਉਮੀਦ ਦੀ ਕਿਰਨ ਵੀ ਜਾਗੀ ਹੈ ਕਿ ਜੇ ਤੁਹਾਡੇ ਅੰਦਰ ਹੌਸਲਾ ਹੋਵੇ ਜਨੂੰਨ ਹੋਵੇ ਤਾਂ ਕੋਈ ਵੀ ਚੀਜ਼ ਇੰਪੋਸੀਬਲ ਸਤਿ ਸ਼੍ਰੀ ਅਕਾਲ